ਸਸ਼ੀਕਾਰ ਵੀਰੋ ਅੱਜ ਕੱਲ ਆਪਣੇ ਪੰਜਾਬ ਚ ਇੱਕ ਮੁੱਦਾ ਬਣਿਆ ਹੋਇਆ ਹੈ ਰੁਪਿੰਦਰ ਹੰਡਾ ਤੇ ਬੱਬੂ ਮਾਨ ਦਾ ਵੀਰੋ ਨਾ ਤਾਂ ਮੈਂ ਰੁਪਿੰਦਰ ਹੰਡਾ ਦਾ ਫੈਨ ਆ ਨਾ ਹੀ ਬੱਬੂ ਮਾਨ ਦਾ ਫੈਨ ਮੇਰੀ ਇੰਨੀ ਔਕਾਤ ਨਹੀਂ ਕਿ ਮੈਂ ਬੱਬੂ ਮਾਨ ਵੀਰੇ ਬਾਰੇ ਕੋਈ ਗੱਲ ਕਰ ਸਕਾਂ ਹਾਂ ਮੈਂ ਬਹੁਤ ਗਰੀਬ ਪਰਿਵਾਰ ਤੋਂ ਆ ਪਰ ਵਿਚਾਰਾਂ ਦੀ ਅਮੀਰੀ ਜਾਂ ਗਰੀਬੀ ਪੈਸੇ ਦੀ ਅਮੀਰੀ ਜਾਂ ਗਰੀਬੀ ਨਾਲ ਕੋਈ ਤਾਲੁਕ ਨਹੀਂ ਰੱਖਦੀ ਤੇ ਮੈਂ ਦੋ ਤਿੰਨ ਦਿਨਾਂ ਤੋਂ ਦੇਖ ਰਿਹਾ ਵੀ ਬੱਬੂ ਮਾਨ ਦੇ ਫੈਨ ਨੇ ਜਿਹੜੇ ਵੀਰੇ ਦੀ ਬਹੁਤ ਸਪੋਰਟ ਕਰ ਰਹੇ ਨੇ ਮੈਂ ਸੋਚਿਆ ਵੀ ਇਹ ਜੀ ਕਿਹੜੀ ਖਾਸ ਗੱਲ ਐ ਵੀਰੇ ਚ ਆਪਾਂ ਵੀ ਕੁਝ ਰਿਸਰਚ ਕੀਤੀ ਜਾਵੇ ਤਾਂ ਮੈਂ ਬੱਬੂ ਮਾਨ ਵੀਰੇ ਦੇ ਗਾਣਿਆਂ ਤੇ ਗੌਰ ਕੀਤੀ ਜਦੋਂ ਗੌਰ ਕੀਤੀ ਵੀਰੇ ਕੁਝ ਗੱਲਾਂ ਉੱਪਰ ਕੇ ਆਈਆਂ ਪਹਿਲਾ ਗਾਣਾ ਸੁਣਿਆ ਮੈਂ ਮੈਨੂੰ ਰਾਤੀ ਮਿਲਣ ਆਈ ਵੇ ਪਿੰਡ ਪਹਿਰਾ ਲੱਗਦਾ ਵੀਰੇ ਦੀ ਗੱਲ ਬਹੁਤ ਵਧੀਆ ਕਰ ਲਿਆ ਵੀਰੇ ਦੀ ਸੋਚ ਇਸ ਚੀਜ਼ ਤੋਂ ਸਪਸ਼ਟ ਹੋ ਜਾਂਦੀ ਹੈ ਤੇ ਫਿਰ ਕੁਝ ਗੱਲਾਂ ਹੋਰ ਵੀਰਾ ਖਾਣ ਪੀਣ ਦੀਆਂ ਗੱਲਾਂ ਕਰ ਰਿਹਾ ਕਹਿੰਦਾ ਵੀ ਦਿਨ ਚੜਦੇ ਹੀ ਬੋਤਲ ਖੁੱਲ੍ਹੇ ਮੀਟ ਚੜਾਈਏ ਚੁੱਲੇ ਇਹ ਵੀ ਬਹੁਤ ਵਧੀਆ ਗੱਲ ਹੈ ਵੀਰੇ ਦੀ ਦੇਖੋ ਜੀ ਸੁਣਨ ਵਾਲਿਆਂ ਤੇ ਕੀ ਪ੍ਰਭਾਵ ਪੈਂਦਾ ਫਿਰ ਵੀਰੇ ਨੇ ਆਪਣੀਆਂ ਤੀਆਂ ਪਹਿਣਾ ਦੀ ਗੱਲ ਕੀਤੀ ਆ ਵੀਰਾ ਕਹਿੰਦਾ ਆਖਾ ਹਿਲ ਦੇਣ ਵਰਗੀ ਇੱਕੋ ਛੱਟ ਕੇ ਜ ਦੁਨੀਆ ਹਿਲਾਵੇ ਫਿਰ ਵੀਰੇ ਨੇ ਕੁੜੀਆਂ ਦੀ ਹਿੱਕ ਦੀ ਗੱਲ ਕੀਤੀ ਆ ਹਕਮਾਤ ਪੌਂਦੀ ਜਾਵੇ ਨਹੀਂ ਪਹਾੜੀ ਚੋਟੀ ਨੂੰ ਇਹ ਵੀਰੋ ਆਪਣੀਆਂ ਭੈਣਾਂ ਦੀ ਗੱਲ ਹੋ ਰਹੀ ਹੈ ਇਹ ਬੱਬੂ ਮਾਨ ਆਪਦੀ ਭੈਣ ਦੀ ਗੱਲ ਤਾਂ ਕੋਈ ਕਰਨੀ ਰਿਹਾ ਤੇ ਫਿਰ ਵੀ ਰ ਇੱਕ ਗਾਣੇ ਚ ਕਹਿੰਦਾ ਮਿਲਣਾ ਹੋਵੇ ਜੇ ਪਹਿਲੀ ਉਮਰੇ ਕੁੜੀ ਨੂੰ ਸੇਫ ਜਗ੍ਹਾ ਨਹੀਂ ਕੋਈ ਕੁਮਾਦ ਵਰਗੀ ਇਹ ਵੀ ਗੱਲ ਆਪਣੀਆਂ ਭੈਣਾਂ ਤੇ ਆ ਤੇ ਬੱਬੂ ਮਾਨ ਇੱਕ ਗੱਲ ਹੋਰ ਕਹਿੰਦਾ ਵੀ ਮੈਂ ਬੱਬੂ ਮਾਨ ਨਹੀਂ ਮੇਰੇ ਸਾਰੇ ਫੈਨ ਬੱਬੂ ਮਾਨ ਆ ਤਾਂ ਜਿਹੜਾ ਵੀਰ ਲਿਖਦਾ ਤੇ ਫਿਰ ਅੱਗੇ ਸੁਣਾਉਂਦਾ ਉਹੀ ਗੱਲ ਆਪਣੇ ਦਿਲਾਂ ਤੇ ਅਸਰ ਕਰ ਰਹੀ ਹੈ ਬੱਬੂ ਮਾਨ ਕਹਿੰਦਾ ਅਸੀਂ ਮਿੱਠੇ ਵੀ ਖਾਨੇ ਆ ਠੀਕ ਹੈ ਜੀ ਚੌਥਾ ਪੈਗ ਲਾ ਕੇ ਕੁੜੀ ਦੀ ਬਾਹ ਵੀ ਫੜਦੇ ਆ ਤੇ ਤੜਕੀ ਉੱਠਣ ਸਾਰਾ ਸਾਡੀ ਬੋਤਲ ਵੀ ਖੁੱਲ ਜਾਂਦੀ ਹੈ ਤੇ ਇੱਕ ਗੱਲ ਇਹ ਹੋਰ ਕਹਿੰਦੇ ਆ ਸਾਰੇ ਪੰਜਾਬੀ ਸਿੰਗਰ ਕਹਿੰਦੇ ਨੇ ਵੀ ਅਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਆ ਜੀ ਇੰਨਾਂ ਗੱਲਾਂ ਤੋਂ ਤਾਂ ਸਪਸ਼ਟ ਹੋ ਗਿਆ ਵੀ ਇਹ ਸੇਵਾ ਤਾਂ ਬਹੁਤ ਚੰਗੇ ਤਰੀਕੇ ਨਾਲ ਕਰ ਰਹੇ ਨੇ ਜਿੱਥੇ ਅਸੀਂ ਨੇ ਫੈਨ ਹੋਣਾ ਸੀ ਗੁਰਗੋਬਿੰਦ ਸਿੰਘ ਜੀ ਦੇ ਸਾਰੇ ਕਹਿੰਦੇ ਨੇ ਜੀ ਬੱਬੂ ਮਾਨ ਦੀ ਕਲਮ ਬਹੁਤ ਵਧੀਆ ਹੈ ਕਲਮ ਤਾਂ ਗੁਰਗੋਬਿੰਦ ਸਿੰਘ ਜੀ ਦੀ ਬਹੁਤ ਵਧੀਆ ਸੀ ਗੁਰਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਲਿਖੀ ਦਸਮ ਗ੍ਰੰਥ ਲਿਖਿਆ ਉਹ ਕਿਸੇ ਨੇ ਨਹੀਂ ਪੜਿਆ ਹਾਂਜੀ ਤੇ ਕਲਮ ਤਾਂ ਬਖਤ ਸਿੰਘ ਦੀ ਵੀ ਸੀ ਕਰਤਾਰ ਸਿੰਘ ਸਰਾਭਾ ਵੀ ਰੋਲ ਮਾਡਲ ਸੀ ਕਿੱਥੇ ਤਾਂ ਗੁਰੂ ਗੋਬਿੰਦ ਸਿੰਘ ਜੀ ਰੋਲ ਮਾਡਲ ਹੋਣੇ ਚਾਹੀਦੇ ਸੀ ਗੁਰੂ ਨਾਨਕ ਦੇਵ ਜੀ ਰੋਲ ਮਾਡਲ ਹੋਣੇ ਚਾਹੀਦੇ ਸੀ ਮੁੰਡੇ ਕਹਿੰਦੇ ਨੇ ਸਾਡਾ ਰੋਲ ਮਾਡਲ ਖੰਟਾ ਵਾਲਾ ਮਾਨ ਹੈ ਜੀ ਠੀਕ ਹੈ ਜੀ ਤੇ Karl Marx Lenin ਦੇ ਫੈਨ ਹੋਣਾ ਚਾਹੀਦਾ ਸੀ ਸਾਨੂੰ ਸਾਡੀ ਜਵਾਨੀ ਦੀ ਰੀੜ ਦੀ ਹੱਡੀ ਤਾਂ ਟੁੱਟ ਚੁੱਕੀ ਆ ਵੀਰੋ ਪੰਜਾਬ ਦਾ ਬੁਰਾ ਹਾਲ ਹੋਣ ਜਾ ਰਿਹਾ ਹੈ بس ਹੁਣ ਮੌਤ ਕਿੱਦਾਂ ਹੁੰਦੀ ਹੈ ਇਹ ਦੇਖਣਾ ਬਾਕੀ ਰਹਿ ਗਿਆ ਬਾਕੀ ਤੁਸੀਂ ਆਪ ਸੈਣਿਓ ਵਹਿਗੁਰਜੀ ਕਾ ਖਾਲਸਾ ਵਹਿਗੁਰਜੀ ਕੀ ਫਤਿਹ